ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਬਾਈ ਜੀ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ 'ਚ ਕੁਝ ਅਪਡੇਟ। ਸਭ ਤੋਂ ਪਹਿਲਾਂ ਬਾਈ ਜੀ ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਸੋਹਣੇ ਵਾਲਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ। ਇੱਥੇ ਅੱਜ ਓਪਨ ਕਬੱਡੀ 45 ਕਿੱਲੋ ਅਤੇ 58 ਕਿੱਲੋ ਦੇ ਮੈਚ ਕਰਵਾਏ ਜਾਣਗੇ। ਓਪਨ ਦੇ ਵਿੱਚ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 'ਤੇ 25,000, ਦੂਜਾ ਇਨਾਮ 15,000, 58 ਕਿੱਲੋ ਦੇ ਲਈ ਪਹਿਲਾ ਇਨਾਮ 'ਤੇ 8,100, ਦੂਜਾ ਇਨਾਮ 6,100, ਉੱਥੇ ਹੀ 45 ਕਿੱਲੋ ਦੇ ਲਈ ਪਹਿਲਾ ਇਨਾਮ 'ਤੇ 3,100 ਅਤੇ ਦੂਜਾ ਇਨਾਮ 'ਤੇ 2,100 ਰੁਪਇਆ ਰੱਖਿਆ ਗਿਆ ਹੈ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ ਟੀਵੀ 'ਤੇ। ਉਸ ਤੋਂ ਅੱਗੇ ਬਾਈ ਜੀ ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਚਾਂਦਮਾਰੀ, ਜ਼ਿਲ੍ਹਾ ਫਾਜ਼ਿਲਕਾ ਵਿਖੇ। ਇੱਥੇ ਅੱਜ ਲੜਕੀਆਂ ਦੇ ਓਪਨ ਦੇ ਮੈਚ ਹੋਣਗੇ। ਲੜਕੀਆਂ ਦੇ ਲਈ ਪਹਿਲਾ ਇਨਾਮ 'ਤੇ 13,000 ਅਤੇ ਦੂਜਾ ਇਨਾਮ 'ਤੇ 10,000 ਬੈਸਟਾਂ ਨੂੰ ਕੱਪ ਦਿੱਤੇ ਜਾਣਗੇ। ਉਸ ਤੋਂ ਅੱਗੇ ਬਾਈ ਜੀ ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਸਿਕੰਦਰਪੁਰ, ਸਿਰਸਾ ਹਰਿਆਣਾ ਵਿਖੇ। ਇੱਥੇ ਅੱਜ ਆਲ ਓਪਨ ਕਬੱਡੀ ਦੇ ਮੈਚ ਹੋਣਗੇ। ਆਲ ਓਪਨ ਦੇ ਲਈ ਪਹਿਲਾ ਇਨਾਮ 'ਤੇ 31,000, ਦੂਜਾ ਇਨਾਮ 21,000 ਅਤੇ ਬੈਸਟਾਂ ਨੂੰ ਇੱਥੇ 2,500 ਰੁਪਇਆ ਦਿੱਤਾ ਜਾਵੇਗਾ। ਉਸ ਤੋਂ ਅੱਗੇ ਬਾਈ ਜੀ ਅੱਜ ਕਬੱਡੀ ਦੇ ਮੈਚ ਹੋਣੇ ਨੇ ਪਿੰਡ ਮੰਮੂ ਖੇੜਾ ਖਾਟਬਾ ਵਿਖੇ। ਇੱਥੇ ਅੱਜ 75 ਕਿੱਲੋ ਦੇ ਮੈਚ ਹੋਣਗੇ। ਦੋ ਪਲੇਅਰ ਬਾਹਰੋਂ ਖੇਡ ਸਕਦੇ ਨੇ। 75 ਕਿੱਲੋ ਦੇ ਲਈ ਪਹਿਲਾ ਇਨਾਮ 'ਤੇ 15,000 ਅਤੇ ਦੂਜਾ ਇਨਾਮ 'ਤੇ 11,000 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਬਾਈ ਜੀ ਅੱਜ ਕਬੱਡੀ ਦੇ ਮੈਚ ਹੋਣੇ ਨੇ ਪਿੰਡ ਚੂਸਲੇਵੜ, ਜ਼ਿਲ੍ਹਾ ਤਰਨ ਤਾਰਨ ਵਿਖੇ। ਇੱਥੇ ਅੱਜ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ। ਸੋ ਬਾਈ ਜੀ, ਇਸ ਮੈਚ ਦਾ ਲਾਈਵ ਚੱਲੇਗਾ ਮਾਝਾ ਕਬੱਡੀ ਟੀਵੀ 'ਤੇ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਬਾਈ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।